ਐਤਵਾਰ ਸ਼ਾਮ ਥਾਣਾ ਗੇੜਕੀਮਾ ਵਿਖੇ ਪੁਲਿਸ ਕਸਟਡੀ ਵਿੱਚ ਇੱਕ ਵਿਅਕਤੀ ਬਿੱਟੂ ਸ਼ਾਹ ਦੀ ਮੌਤ ਹੋਣ 'ਤੇ ਲੋਕਾਂ ਨੇ ਥਾਣੇ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ। ਮ੍ਰਿਤਕ ਦੇ ਪਰਿਵਾਰ ਨੇ ਆਰੋਪ ਲਗਾਇਆ ਕਿ ਬਿੱਟੂ ਸ਼ਾਹ ਦੀ ਮੌਤ ਪੁਲਿਸ ਕਸਟਡੀ ਵਿੱਚ ਹੋਈ ਹੈ। ਰੋਸ ਮੁਜ਼ਾਹਰੇ ਕਰ ਰਹੇ ਲੋਕਾਂ 'ਤੇ ਪੁਲਿਸ ਨੇ ਹਲਕਾ ਲਾਠੀਚਾਰਜ ਵੀ ਕੀਤਾ। ਗੁੱਸੇ 'ਚ ਆਏ ਲੋਕਾਂ ਨੇ ਟ੍ਰੈਫਿਕ ਜਾਮ ਵੀ ਕੀਤਾ। ਏਡੀਸੀਪੀ ਸਿਟੀ 1 ਜਗਜੀਤ ਸਿੰਘ ਵਾਲੀਆ ਨੇ ਆਖਿਆ ਕਿ ਮਾਮਲੇ ਦੀ ਪੜਤਾਲ ਤੋਂ ਬਾਅਦ ਜੋ ਰਿਪੋਰਟ ਆਏਗੀ ਉਸ 'ਤੇ ਬਣਦੀ ਕਾਰਵਾਈ ਕੀਤੀ ਜਾਏਗੀ। ਇਹ ਭਾਜੀ ਅੱਜ ਤੱਕ ਮੁੰਡੇ ਨੇ ਕਦੀ ਨਸ਼ਾ ਨਹੀਂ ਕੀਤਾ। ਚੁੱਕਿਆ ਚੁੱਕਣ ਤੋਂ ਬਾਅਦ ਇਹਦੀ 20-25 ਮਿੰਟਾਂ ਬਾਅਦ ਮੌਤ ਹੋ ਗਈ ਆ। ਕਹਿੰਦੇ ਇਹ ਮੁੰਡਾ ਜੀ ਨਸ਼ੇ ਕਰਦਾ, ਨਜਾਇਜ਼ ਟੋਰਚਰ ਕੀਤਾ ਹੈ। ਅੱਜ ਦੂਜਾ ਮੁੰਡਾ ਲੱਕੀ ਚੁੱਕਿਆ ਹੈ, ਕੋਈ ਝਗੜਾ ਆਹੀ ਆਪਸ ਦੇ ਵਿੱਚ। ਇਹ ਮੁੰਡਾ ਪ੍ਰਧਾਨ ਆ, ਇਹ ਸ਼ਾਹ ਪ੍ਰਧਾਨ, ਪਹਿਲਾਂ 40 ਨੰਬਰ ਵਾਰਡ ਹੀ, ਹੁਣ 63 ਨੰਬਰ ਵਾਰਡ ਹੋ ਗਈ ਆ। ਇਹ ਮੁੰਡਾ ਉੱਥੋਂ ਦਾ ਪ੍ਰਧਾਨ ਆ, ਇਹ ਜਦੋਂ ਕੋਈ ਝਗੜਾ ਹੋ ਜਾਂਦਾ ਹੈ ਇਹ ਨਾਲ ਜਾਂਦਾ, ਹਰ ਕਿਤੇ ਨਾਲ ਤੁਰਦਾ ਹੈ। ਅੱਜ ਜਿਹੜਾ ਇਹ ਗੇੜਕੀਮਾ ਦੇ ਬਾਅਦ ਇੰਸੀਡੈਂਟ ਹੋਇਆ, ਇੱਕ ਵਿਅਕਤੀ ਬਾਰੇ ਜਿਹਦੀ ਡੈਥ ਹੋਈ ਹੈ, ਉਹ ਆਪਣੀ ਰਿਟਨ ਕੰਪਲੇਂਟ ਦੇ ਰਹੇ ਨੇ। ਉਸ ਵਿਅਕਤੀ ਦਾ ਪੋਸਟਮਾਰਟਮ ਰਿਪੋਰਟ ਬਣਵਾ ਕੇ ਵੀਡੀਓਗ੍ਰਾਫੀ ਦੇ ਅੰਡਰ ਹੋਏਗਾ, ਅਤੇ ਜੋ ਵੀ ਪੋਸਟਮਾਰਟਮ ਦੀ ਰਿਪੋਰਟ ਆਏਗੀ ਉਸ ਮੁਤਾਬਕ ਜਿਹੜੀ ਹੈਗੀ ਅਗਲੀ ਕਾਰਵਾਈ ਅਮਲ 'ਚ ਲਿਆਉਂਦੀ ਜਾਏਗੀ। ਦੇਖ ਰਹੇ ਹਾਂ ਉਸ ਚੀਜ਼ ਨੂੰ, ਉਹਦੇ ਵਿੱਚ ਵੀ ਜੇ ਕੋਈ ਇਹੋ ਜਿਹੀ ਕੋਈ ਸਾਹਮਣੇ ਆਉਂਦੀ ਹੈ ਚੀਜ਼ ਤਾਂ ਉਹਦੇ ਮੁਤਾਬਕ ਕਾਰਵਾਈ ਹੋਏਗੀ।